ਉਨੀ ਦੇਰ ਵਾਸਤੇ ਦਫਾ 100-302 ਦੀ ਇੰਡੀਅਨ IPC ਦੇ ਵਿੱਚ ਜਿਹੜਾ ਅਨਿਲ ਵਿਜ ਹੈ ਹੋਮ ਮਿਨਿਸਟਰ ਹੈ ਹਰਿਆਣੇ ਦਾ, ਉਹਦੇ ਤੇ ਕੇਸ ਦਰਜ ਕੀਤਾ ਜੀ। ਐਂਡ ਦੀ ਕਾਂਗਰਸ ਵਿਲ ਆਲਸੋ ਨੋਕ ਐਟ ਦੀ ਡੋਰਸ ਆਫ ਦੀ ਟੋਪ ਕੋਰਟਸ। ਮੈਂ ਖੁਦ ਹਾਈ ਕੋਰਟ ਦੇ ਵਿੱਚ ਜਲਦੀ, ਮੈਂ ਅੱਜ ਵਕੀਲ ਸਾਹਿਬ ਆਪਣਿਆਂ ਨਾਲ ਗੱਲ ਵੀ ਕਰ ਲਈ, ਅੱਜ ਰਾਤ ਪਹੁੰਚ ਕੇ ਮੈਂ ਉਹਨਾਂ ਨਾਲ ਗੱਲ ਵੀ ਕਰ ਰਿਹਾ, ਵੀ ਵਿਲ ਗੋਇੰਗ ਟੂ ਰਿਟ ਇਨ ਦਾ ਹਾਈ ਕੋਰਟ ਕਿ ਬਕਾਇਦਾ ਤੌਰ ਜਿਹੜੀ ਹੈ ਇਹਦੀ ਕੋਈ ਜੁਡੀਸ਼ੀਅਲ ਇਨਕੁਆਇਰੀ ਕੀਤੀ ਜਾਏ ਐਟ ਦੀ ਹਾਈਐਸਟ ਲੈਵਲ। ਕਿਹੜੇ ਬੰਦੇ ਨੇ ਗੋਲੀ ਚਲਾਉਣ ਵਾਲੇ, ਉਹਨਾਂ ਨੂੰ ਆਰਡਰ ਕਿਹਨੇ ਕੀਤਾ, ਇਹ ਕਤਲ ਹੋਇਆ, ਬੰਦੇ ਫੱਟੜ ਹੋਏ ਨੇ, ਇਹਦੀ ਰਿਸਪੋਂਸਿਬਿਲਿਟੀ ਕਿਹਨੇ? ਜਿਹੜਾ ਮਾਲੀ ਨੁਕਸਾਨ ਹੋਇਆ, ਕਿਸੇ ਟਾਇਰ ਪਾੜ ਦਿੱਤੇ, ਇੰਜਨ ਖਰਾਬ ਕਰ ਦਿੱਤੇ ਗਏ, ਉਹ ਤੇ ਚਲੋ ਇੱਕ ਛੋਟੀ ਗੱਲ, ਬਟ ਜੋ ਅਸ਼ਰੇ ਇਹ, ਮੈਂ ਸਮੁੱਚੇ ਹਿੰਦੁਸਤਾਨ ਨੂੰ ਤੇ ਡੈਮੋਕ੍ਰੇਸੀ ਨੂੰ ਪਸੰਦ ਕਰਨ ਵਾਲੇ ਲੋਕਾਂ ਨੂੰ ਇਹ ਗੱਲ ਕਹਾਂਗਾ, ਵੀ ਵਿਲ ਆਲ ਸਟੈਂਡ ਅਪ ਅਗੇਂਸਟ ਦੀ ਡਰਕੋਨੀਅਨ ਲਾਜ਼ ਐਂਡ ਪਾਲਿਸੀ। ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਜੀ, ਉਹਦੇ ਵਿੱਚ ਇਹ ਗੱਲ ਜਿਹੜੀ ਹੈ ਰੱਖੀ ਜਾਊਗੀ, ਜਿਸ ਤਰ੍ਹਾਂ ਰਾਸ਼ਟਰਪਤੀ ਰਾਜ ਲਾਉਣ ਦੀਆਂ ਜਿਹੜੀਆਂ ਤਿਆਰੀਆਂ ਕਰ ਰਹੀ ਹੈ ਭਾਜੀ, ਇਹਦੀ ਰੱਖੀ ਨਹੀਂ ਜਾਏਗੀ। ਅਸੀਂ ਗਵਰਨਮੈਂਟ ਜਿਹੜੀ ਹੈ ਪੰਜਾਬ ਦੀ, ਉਹਨੂੰ ਬਿਲਕੁਲ ਕਟਹਿਰੇ ਚ ਖੜੇ ਕਰਾਂਗੇ, ਇਹ ਪੁੱਛਾਂਗੇ ਕਿ 7 ਦਿਨ ਲਗਾਤਾਰ ਇਹ ਕੰਮ ਹੁੰਦਾ ਰਿਹਾ ਤੇ ਮਾਨ ਸਾਹਿਬ ਤੁਸੀਂ ਕਰਦੇ ਕੀ ਰਹੇ ਹੋ, ਤੁਸੀਂ ਨਿਹਰੇ ਵਿਚੋਲੇ ਬਣ ਕੇ ਫਿਰਦੇ ਰਹੇ, ਤੁਹਾਨੂੰ ਅਜੇ ਤੁਹਾਡੇ ਖੂਨ ਖੋਲਿਆ ਨਹੀਂ ਜੋ ਪੰਜਾਬੀਆਂ ਨਾਲ ਹੋ ਰਿਹਾ, ਤੁਸੀਂ ਸੈਂਟਰ ਰਿਪ੍ਰੈਜੈਂਟੇਟਿਵ ਬਣ ਕੇ ਤੁਸੀਂ ਇਹ ਸੋਚਿਆ ਕਿ ਸ਼ਾਇਦ ਤੁਹਾਡੀ ਸੈਂਟਰ ਨਾਲ ਗੱਲ ਰਹੇਗੀ ਤੇ ਤੁਹਾਡਾ ਕੰਮ ਐ ਟੱਪ ਜਾਏਗਾ, ਐਂ ਕਿਸਾ ਟੱਪਣਾ ਸੀ? ਤੋ ਇਹ ਗੱਲ ਸਾਰੀ ਲਗਾਤਾਰ, ਇਹ ਜਿਹੜਾ ਸੈਸ਼ਨ ਹੈ ਇਹ ਸਟੋਮੀ ਸੈਸ਼ਨ ਹੋਏਗਾ, ਇਹਦੇ ਵਿੱਚ ਗਵਰਨਮੈਂਟ ਨੂੰ ਕਟਹਿਰੇ 'ਚ ਖੜਾ ਕਰਾਂਗੇ, ਭਗਵੰਤ ਮਾਨ ਨੂੰ ਹਰ ਕੀਮਤ ਦੇ ਜੋ ਵੀ ਪੰਜਾਬੀਆਂ ਨਾਲ ਹੋਇਆ ਹੀ ਵਿਲ ਹੈਵ ਟੂ ਆਨਸਰ ਫੋਰ ਵਟ ਐਵਰ ਇਜ਼ ਹੈਪਨਡ ਇਨ ਪੰਜਾਬ। ਇਹ ਮੈਂ ਸਮੁੱਚੇ ਪੰਜਾਬ ਇਸ ਕਰਕੇ ਓਕੇ ਸਰ, ਬਹੁਤ ਅਫਸੋਸ ਦੀ ਗੱਲ ਹੈ ਜੀ, ਇੱਕ ਪਰਿਵਾਰ ਵਾਸਤੇ ਨਹੀਂ ਵੱਡਾ ਦੁੱਖ, ਸਾਰੇ ਹਲਕੇ ਵਾਸਤੇ, ਸਾਰੇ ਪਿੰਡ ਵਾਸੀ ਵਾਸਤੇ ਬਹੁਤ ਇੱਕ ਦੁਖਦਾਈ ਘਟਨਾ ਗੀ, ਜੋ ਖਨੌਰੀ ਬਾਰਡਰ 'ਤੇ ਇੰਨੀ ਛੋਟੀ ਉਮਰ 'ਚ ਉਹਨੇ ਸ਼ਹੀਦੀ ਪਾਈ ਹੈ, ਔਰ ਸਾਡੇ ਜੋ ਪੰਜਾਬ ਦੇ ਯੂਥ ਹੈ, ਨੌਜਵਾਨ ਹੈ, ਔਰ ਮੈਂ ਮੋਦੀ ਜੀ ਨੂੰ ਇਹ ਕਹਿਣਾ ਚਾਹੁੰਦੀ ਹਾਂ, ਮੋਦੀ ਜੀ ਕਿਉਂ ਸਾਡੀ ਨੌਜਵਾਨੀ ਨੂੰ ਖਤਮ ਕਰਨ 'ਤੇ ਤੁਲੇ ਹੋਏ ਹੋ? ਸਾਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਿਆ ਤਾਂ ਸਾਨੂੰ ਬਹੁਤ ਇੱਕ ਅਫਸੋਸ ਦੀ ਗੱਲ ਹੈ, ਅੱਜ ਸਾਡੇ ਇੱਥੇ ਸੀਨੀਅਰ ਕੁਛ ਲੀਡਰਸ਼ਿਪ ਵੀ ਪਹੁੰਚ ਰਹੇ ਆ, ਸਰਦਾਰ ਪ੍ਰਭਾਤ ਸਿੰਘ ਬਾਜਵਾ ਜੀ, ਔਰ ਸਾਡਾ ਸੂਬਾ ਪ੍ਰਧਾਨ ਸਰਦਾਰ ਰਾਜਾ ਵੜਿੰਗ ਜੀ, ਸਾਡੇ ਸਾਬਕਾ MLA ਸਰਦਾਰ ਜੀਤ ਮਹਿੰਦਰ ਜੀ, ਔਰ ਸਾਰਾ ਹਲਕਾ ਖੜਾ, ਔਰ ਬਹੁਤਾ ਕੁਛ ਮੈਂ ਕਹਿੰਦੀ ਨਹੀਂ ਕਿ ਮੇਰੀ ਇੰਨੀ 'ਚ ਹਿੰਮਤ ਨਹੀਂ ਪੈ ਸਕਦੀ ਵੀ ਮੈਂ ਕੁਛ ਹੋਰ ਕੰਮ, ਕਿਉਂਕਿ ਉਹਨਾਂ ਦੀ ਮਦਰ ਦੀ ਡੈਥ ਹੋਈ ਆ, ਦੋ ਭੈਣਾਂ ਦਾ ਇਕਲੌਤਾ ਭਰਾ ਗਾ, ਔਰ ਅੱਜ ਜੇ ਦੇਖੀਏ ਤਾਂ ਪਰਿਵਾਰ ਦਾ ਇੱਕੋ ਹੀ ਚਿਰਾਗ ਸੀ ਬੁੱਝ ਗਿਆ, ਤਾਂ ਬਹੁਤ ਵੱਡੀ, ਇਸ ਤੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ ਹੈ ਪਰਿਵਾਰ ਲਈ ਅਤੇ ਔਰ ਸਾਰੇ ਪਿੰਡ ਵਾਸੀ ਲਈ, ਹਲਕੇ ਲਈ, ਇਸ ਤੋਂ ਵੱਡਾ ਦੁੱਖ ਕੋਈ ਨਹੀਂ ਹੋ ਸਕਦਾ ਜਿਹਦਾ ਅੱਜ ਨੌਜਵਾਨ ਪੁੱਤ, ਇਕਲੌਤਾ ਪੁੱਤ, ਔਰ ਦੋ ਭੈਣਾਂ ਦਾ ਇਕੱਲਾ ਭਰਾ, 'ਚ ਉਹਨਾਂ ਦੇ ਪਰਿਵਾਰ 'ਤੇ ਕੀ ਬੀਤਦੀ ਹੋਣੀ ਹੈ, ਬਹੁਤ ਵੱਡਾ ਜੀ, ਸਾਨੂੰ ਇੱਕ ਬਹੁਤ ਘਾਟਾ ਪੈ ਰਿਹਾ ਹੈਗਾ।